ਉਡੀਸ਼ਾ ਦੇ ਪੁਰੀ ਚ ਭਗਵਾਨ ਜਗਨਨਾਥ ਦੀ ਰਿਵਾਇਤੀ ਰਥ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ ਇਸ ਦੌਰਾਨ ਭਗਵਾਨ ਜਗਨਨਾਥ ਭਗਵਾਨ ਬਾਲ ਪੱਥਰ ਤੇ ਦੇਵੀ ਸਪਦਰਾ ਵਿਸ਼ਾਲ ਰਥ ਤੇ ਵਿਰਾਜਮਾਨ ਹੋ ਕੇ ਗੁੰਡੀਚਾ ਮੰਦਰ ਵੱਲ ਜਾਂਦੇ ਨੇ ਇਹ ਯਾਤਰਾ 10 ਦਿਨਾਂ ਤੱਕ ਚੱਲਦੀ ਹੈ ਇਸ ਸਲਾਨਾ ਰਥ ਯਾਤਰਾ ਦੀ Hindu ਧਰਮ ਚ ਵਿਸ਼ੇਸ਼ ਮਹੱਤਤਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਥ ਯਾਤਰਾ ਦੀ ਸ਼ੁਰੂਆਤ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ ਪੁਰੀ ਚ ਸੁਰੱਖਿਆ ਦੇ ਕੜੇ ਬੰਦੋਬਸਤ ਕੀਤੇ ਗਏ ਇਸ ਮੌਕੇ ਉਡੀਸ਼ਾ ਦੇ ਰਾਜਪਾਲ ਮੁੱਖ ਮੰਤਰੀ ਤੇ ਕਈ ਕੇਂਦਰੀ ਮੰਤਰੀਆਂ ਨੇ ਵੀ ਸ਼ਿਰਕਤ ਕੀਤੀ।